ਅਮਨਦੀਪ ਕੌਰ ਆ ਜੀ ਮੇਰਾ ਨਾਮ ਅਮਨਦੀਪ ਜੀ ਕਿਹੜਾ ਪਿੰਡ ਹੈ ਸਿੰਘਾਵਾਲਾ ਜੀ ਅਮਨਦੀਪ ਜੀ ਕੱਲ ਤੁਹਾਡੇ ਪਰਿਵਾਰ ਦੇ ਬਾਰੇ ਕੀ ਸੀ ਸਾਰੀ ਘਟਨਾ ਹਾਂਜੀ ਜੀ ਗੁਰਦੁਆਰੇ ਨੂੰ ਲੈ ਕੇ ਗੁਰਦੁਆਰੇ ਨੂੰ ਲੈ ਕੇ ਸੀਗਾ ਮਸਲਾ ਇਹਨਾਂ ਦਾ ਲੜਾਈ ਸੀਗੀ ਗੁਰਦੁਆਰੇ ਨੂੰ ਲੈ ਕੇ ਮੈਨੂੰ ਕੋਈ ਜ਼ਿਆਦਾ ਤਾਂ ਪਤਾ ਨਹੀਂ ਪਰ ਪਹਿਲਾਂ ਪਿੰਡ ਵਿੱਚ ਲੜਾਈ ਹੋਈ ਪਿੰਡ ਸਿੰਘਾਵਾਲੀ ਦੇ ਵਿੱਚ ਉਸ ਤੋਂ ਬਾਅਦ ਉੱਥੇ ਰੋੜੇ ਇੱਕ ਦੂਜੇ ਦੇ ਮਾਰਨੇ ਸਟਾਰਟ ਕਰਤੇ ਤੇ ਅਸੀਂ ਬਾਅਦ ਵਿੱਚ ਉਹ ਅਸੀਂ ਥਾਣੇ ਚਲੇ ਗਏ ਚੜੈਕਾ ਉਹਨਾਂ ਨੇ ਸਾਨੂੰ ਕਿਹਾ ਵੀ ਉਹ ਐਡਮਿਟ ਹੋ ਗਏ ਆ ਵੀ ਤੁਸੀਂ ਵੀ ਐਡਮਿਟ ਹੋ ਜਾਓ ਜਾ ਕੇ ਜਦੋਂ ਅਸੀਂ ਐਡਮਿਟ ਹੋਣ ਲਈ ਇੱਥੇ ਆ ਗਏ ਸਿਵਲ ਹਸਪੀਟਲ ਮੋਗਾ ਦੇ ਵਿੱਚ ਇੱਥੇ ਇਹਨਾਂ ਨੇ ਐਮਰਜੈਂਸੀ ਦੇ ਵਿੱਚ ਸਾਡੇ ਤੇ ਅਟੈਕ ਕਰਤਾ ਤੁਸੀਂ ਜਾਣਦੇ ਹੋ ਕੌਣ ਕੌਣ ਸੀ ਹਮਲਾਵਰ ਉਹ ਹਾਂਜੀ ਇੱਕ ਟੋਨੀ ਉਹਨਾਂ ਨੂੰ ਨੇਮ ਮੈਨੂੰ ਪੱਕਾ ਰੀਅਲ ਨੇਮ ਨਹੀਂ ਉਹਨਾਂ ਦਾ ਪਤਾ ਟੋਨੀ ਕਹਿੰਦੇ ਉਹਨਾਂ ਨੂੰ ਪਿੰਡ ਵਿੱਚ ਤੇ ਉਹਨਾਂ ਦੇ ਨਾਲ ਕੁਛ ਹੋਰ ਸੀਗੇ ਇੱਕ ਨਿਹੰਗ ਸਿੰਘ ਸੀਗੇ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾਗਾ ਕਿੰਨੇ ਕੁ ਬੰਦੇ ਸੀਗੇ ਹਮਲਾ ਕਰਨ ਵਾਲੇ ਘੱਟੋ ਘੱਟ 10-15 ਜਣੇ ਹੋਣਗੇ ਜੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਉਹਨਾਂ ਕੋਲੇ ਬੇਸਵਾਲ ਸੀਗੇ ਇੱਕ ਕਿਰਪਾਨ ਸੀਗੀ ਬੇਸਵਾਲ ਦੇ ਨਾਲ ਉਹ ਜਦੋਂ ਵਾਰ ਕਰਦੇ ਸੀਗੇ ਮੈਂ ਆਪਦੇ ਹਸਬੈਂਡ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਸੀਗੀ ਜਦੋਂ ਸਿਰ 'ਤੇ ਮਾਰਦੇ ਸੀ ਮੈਂ ਇਹਨਾਂ ਨੂੰ ਫੜਿਆ ਹੋਇਆ ਸੀ ਉੱਪਰ ਤੋਂ ਅਤੇ ਪਿੱਛੋਂ ਦੀ ਆ ਕੇ ਇੱਕ ਨੇ ਇਹਨਾਂ ਦੇ ਕਿਰਪਾਨ ਮਾਰਤੀ ਹੁਣ ਤੁਹਾਡੀ ਕੀ ਮੰਗ ਸਾਡੀ ਮੰਗ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੇਰਾ ਨਾਮ ਜਗਜੀਤ ਸਿੰਘ ਆ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਸਿੰਘਾਵਾਲਾ ਜੀ ਕੀ ਘਟਨਾ ਵਾਪਰੀ ਤੁਹਾਡੇ ਨਾਲ ਜੀ ਇਹ ਜੀ 4 ਕੁ ਮਹੀਨੇ ਹੋ ਗਏ 4-5 ਮਹੀਨੇ ਤੋਂ ਆਪਣੇ ਪਿੰਡ ਨਾ ਗੁਰਦੁਆਰਾ ਬਾਬਾ ਭਾਈ ਸੇਵਾ ਸਿੰਘ ਜੀ ਦੇ ਰੌਲੇ 'ਤੇ ਮਤਲਬ ਉਹ ਜਗ੍ਹਾ 'ਤੇ ਕਬਜ਼ਾ ਕਰ ਲਿਆ ਸੀ ਇਹਨਾਂ ਨੇ ਸੁਖਦੀਪ ਸਿੰਘ ਉਹਨਾਂ ਨੇ ਅਤੇ ਉਹ ਸਾਰਾ ਪਿੰਡ ਇੱਕ ਪਾਸੇ ਸੀਗਾ ਜੀ ਉਹਦੇ ਪਿੰਡ ਦੇ ਵਿੱਚ ਆਪਾਂ ਵੀ ਸੀਗੇ ਅਤੇ ਇਹ ਉਹੀ ਰੰਦੇ 'ਚ ਰੱਖਦੇ ਆ ਵੀ ਤੁਸੀਂ ਗੁਰਦੁਆਰੇ ਤੋਂ ਕਬਜ਼ਾ ਕਿਉਂ ਸਾਡਾ ਛੜਾਇਆ ਔਰ ਕੱਲ੍ਹ ਇਹਨਾਂ ਨੇ ਮੈਨੂੰ ਛੁੱਟੀ ਸੀ ਕੱਲ੍ਹ ਮੈਂ ਸੰਡੇ ਘਰ ਸੀਗਾ ਔਰ ਮੈਂ ਇੱਥੇ ਫਕੀਰ ਚੰਦ ਜੀ ਮਾਰਬਲ ਹਾਊਸ ਦੇ ਸੇਲਸ ਮੈਨੇਜਰ ਹਾਂ ਅਤੇ ਕੱਲ੍ਹ ਸੰਡੇ ਸੀ ਮੈਨੂੰ ਇਹਨਾਂ ਨੇ ਕੱਲ੍ਹ 9:15-9:30 ਵਜੇ ਘੇਰ ਲਿਆ ਉੱਥੇ ਪਾਰਕ ਵਿੱਚ ਹੀ ਮੈਨੂੰ ਔਰ ਕੁਲਦੀਪ ਮੇਰਾ ਦੋਸਤ ਆ ਧਾਲੀਵਾਲ ਉਹਨੂੰ ਮਤਲਬ ਧਮਕਿਆਂ ਦੇਣ ਲੱਗ ਗਏ ਕਿ ਤੈਨੂੰ ਮਾਰ ਦੇਣਾ ਕੱਲ੍ਹ ਨੂੰ ਅਸੀਂ ਹੈ ਤੇਰੇ 'ਤੇ ਹਮਲਾ ਕਰਾਂਗੇ ਇੰਨੀ ਗੱਲ ਹੁੰਦੇ ਤੋਂ ਅਸੀਂ ਥਾਣੇ ਗਏ ਹਾਂ ਜੀ ਥਾਣੇ ਉਹ ਜਾ ਕੇ ਆ ਕੇ ਸਾਨੂੰ ਇਹਨਾਂ ਨੇ 25-30 ਮੁੰਡੇ ਲਿਆ ਕੇ ਉੱਥੇ ਮੇਰੀ ਗੱਡੀ ਘੇਰ ਲਈ ਅਸੀਂ ਉੱਥੇ ਰੁਕ ਗਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਗੱਡੀ 'ਤੇ ਪੱਥਰਾਂ ਨਾਲ ਹਮਲਾ ਕੀਤਾ ਅਸੀਂ ਫਿਰ ਥਾਣੇ ਗਏ ਥਾਣੇ ਫਿਰ ਅਸੀਂ ਇੱਥੇ ਆਏ ਹਾਂ ਸਿਵਲ ਦੇ ਵਿੱਚ ਸਿਵਲ ਦੇ ਵਿੱਚ ਮੇਰੀ ਮਿਸਿਸ ਮੈਂ ਅਤੇ ਮੇਰਾ ਭਤੀਜਾ ਰਾਜਦੀਪ ਅਤੇ ਮੁੰਡਾ ਮੇਰੇ ਚਾਚੇ ਦਾ ਮੁੰਡਾ ਸੀ ਰਵੀ ਨਾਲ ਸਿਰਫ 4 ਹੀ ਬੰਦੇ ਅਸੀਂ ਸੀਗੇ ਐਮਰਜੈਂਸੀ ਦੇ ਵਿੱਚ ਇਹਨਾਂ ਕੋਲ ਸੀਗਾ ਆਪਣਾ ਹਨੀ ਸੀਗਾ ਜੀ ਬੱਬਲ ਸੀ ਅਤੇ ਸੁਖਦੀਪ ਸਿੰਘ ਟੋਨੀ ਜਿਹੜਾ ਕਿ ਮੇਨ ਇਸ ਕਰਤਾ ਧਰਤਾ ਵਾ ਹਮਲੇ ਦਾ ਅਤੇ ਨਾਲ ਇਹਦੇ ਇੱਕ ਨਕਲੀ ਨਿਹੰਗਾ ਸਾਡੇ ਇੱਥੋਂ ਮੋਗੇ ਦਾ ਸਾਧਾਂ ਵਾਲੀ ਬਸਤੀ ਦਾ ਧਰਮਿੰਦਰ ਅਤੇ ਇੱਕ ਮੁੰਡਾ ਜੀਵਨ ਸੀਗਾ ਜੀ ਬੁੱਕਣ ਵਾਲੇ ਤੋਂ ਅਤੇ ਰਿੰਕੂ ਜੈਲ ਸੀਗਾ ਇੱਕ ਜਿਹੜਾ ਕਿ ਹੁਣ ਇਹਨਾਂ ਨੇ ਜਿਹੜੀ ਮੇਨ ਰੰਦੇ 'ਚ ਮੇਰੇ ਨਾਲ ਰੱਖੀ ਹੋਈ ਕਿ ਇਹਨਾਂ ਦਾ ਚਿੱਟੇ ਦਾ ਕੰਮ ਆ ਜੀ ਮੇਰੇ ਮਹੱਲੇ ਦੇ ਵਿੱਚ ਚਿੱਟਾ ਵੇਖਦਾ ਪਿਆ ਬਹੁਤ ਜ਼ਿਆਦਾ ਉਹਦੇ ਵਿੱਚ ਇਹਨਾਂ ਦਾ ਸ਼ੁੱਕਰਵਾਰ ਪੁਲਿਸ ਨੇ ਚੜੈਕ ਪੁਲਿਸ ਨੇ ਬੰਦਾ ਚੱਕਿਆ ਜਿਹੜਾ ਇਹਨਾਂ ਦੇ ਦਿਮਾਗ ਵਿੱਚ ਸਿਰਫ ਇਹ ਗੱਲ ਸੀਗੀ ਕਿ ਇਹ ਬੰਦਾ ਸਾਡਾ ਜੱਗੀ ਨੇ ਚੁਕਾਇਆ ਵਾ ਜਦਕਿ ਮੇਰਾ ਉਹ 'ਚ ਕੋਈ ਰੋਲ ਨਹੀਂ ਮੈਨੂੰ ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਗਾ ਉਹ ਸਿਰਫ ਇਹੀ ਰੰਦੇ 'ਚ ਰੱਖਣ ਦੀ ਮਾਰਿਆ ਨੇ ਇਹਨਾਂ ਨੇ ਮੇਰੇ ਐਮਰਜੈਂਸੀ ਮੋਗਾ ਸਿਵਲ ਹਸਪੀਟਲ ਦੇ ਵਿੱਚ ਬਿਲਕੁਲ ਕੈਮਰਿਆਂ ਦੇ ਸਾਹਮਣੇ ਕਿਰਪਾਨਾਂ ਨਾਲ ਮੇਰੇ 'ਤੇ ਹਮਲਾ ਕੀਤਾ ਵਾ ਮੇਰੇ 'ਤੇ ਕਿਰਪਾਨ ਦੇਖੋ ਆ ਵੱਜੀ ਹੋਈ ਆ ਪੂਰੀ ਇਹ ਸਿਵਲ ਹਸਪੀਟਲ ਐਮਰਜੈਂਸੀ ਦੇ ਰੂਮ ਦੇ ਵਿੱਚ ਹੀ ਮਾਰਿਆ ਵਾ ਔਰ ਮੇਰੇ ਸਿਰ 'ਚ ਬੇਸ ਬੱਲੇ ਮਾਰੇ ਆ ਸੁਖਦੀਪ ਟੋਨੀ ਨੇ ਮਾਰਿਆ ਮੇਰੀ ਮਿਸਿਸ ਦੇ ਈਵਨ ਕਿ ਮੇਰੀ 9 ਕੁ ਸਾਲ ਦੀ ਬੇਟੀ ਉਹਦੇ ਵੀ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਸੋਚ ਸਾਰੇ ਮੁਲਾਜ਼ਮਾਂ ਨੇ ਮਤਲਬ ਜਿੰਨੇ ਵੀ ਮੁਲਜ਼ਮ ਹੈਗੇ ਆ ਰਲ ਕੇ ਇਹਨਾਂ ਨੇ ਮੋਗਾ ਸਿਵਲ ਹਸਪੀਟਲ ਦੇ ਵਿੱਚ ਹੀ ਮੇਰੇ 'ਤੇ ਅਟੈਕ ਕੀਤਾ ਵਾ ਕਿੰਨੇ ਹਮਲਾਵਰ ਸੀਗਾ ਤੁਹਾਡੇ ਨਾਲ ਹਿਸਾਬ ਨਾਲ ਮੇਰੇ ਹਿਸਾਬ ਨਾਲ ਜੀ ਉਹ 12-13 ਜਣੇ ਹੋਣਗੇ ਉਦੋਂ ਬਾਅਦ ਤੁਸੀਂ ਪੁਲਿਸ ਨੂੰ ਕੋਈ ਬਿਆਨ ਲੱਗੇ ਤੁਹਾਡੇ ਨਹੀਂ ਹਜੇ ਕੋਈ ਮੇਰੇ ਕੋਲ ਇੱਥੇ ਆਇਆ ਨਹੀਂ ਆ ਰਾਤ ਇਸ ਹਿਸਾਬ ਨਾਲ ਸਾਡੀ ਗੱਲ ਹੋਈ ਸੀ ਕਹਿੰਦੇ ਅਸੀਂ ਆਵਾਂਗੇ 10-11 ਵਜੇ ਤੱਕ ਬਟ ਹਜੇ ਤੱਕ ਆਇਆ ਨਹੀਂ ਜੀ ਕੋਈ ਤੁਹਾਡੀ ਹੁਣ ਕੀ ਮੰਗ ਹੈ ਪੁਲਿਸ ਪ੍ਰਸ਼ਾਸਨ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਮੈਂ ਕੱਲ੍ਹ ਨੂੰ ਵੀ ਮੈਂ ਜੋਬ 'ਤੇ ਜਾਣਾ ਮੈਂ ਤਾਂ ਡਿਊਟੀ ਕਰਦਾ ਮੈਂ ਪ੍ਰਾਈਵੇਟ ਜੋਬ ਕਰਦਾ ਵਾਂ ਮੇਰੀ ਜਾਨ ਨੂੰ ਖਤਰਾ ਵਾ ਇਹਨਾਂ ਨੇ ਅੱਜ ਸਿਵਲ ਹਸਪੀਟਲ ਦੇ ਵਿੱਚ ਵੜ ਕੇ ਜਿੱਥੇ ਮਤਲਬ ਕੈਮਰੇ ਲੱਗੇ ਹੋਏ ਆ ਉਹਦੀ ਰਿਕਾਰਡਿੰਗ ਦੇ ਵਿੱਚ ਵੀ ਮੇਰੇ 'ਤੇ ਇਹਨਾਂ ਨੇ ਹਮਲਾ ਕੀਤਾ ਜਾਣ ਲੇਵਾ ਕੱਲ੍ਹ ਨੂੰ ਮੈਂ ਸੇਫ ਨਹੀਂ ਹੈਗਾ ਮੈਂ ਆਪਣੇ ਘਰੋਂ ਬਾਹਰ ਨਿਕਲਦਾ ਵਾਂ ਮੇਰੇ ਬੱਚਿਆਂ 'ਤੇ ਮੇਰੇ 'ਤੇ ਹਮਲਾ ਹੋਊਗਾ ਤਾਂ ਉਹਦੇ ਮਤਲਬ ਸੁਖਦੀਪ ਟੋਨੀ ਜਸਵਿੰਦਰ ਸਿੰਘ ਟਿੰਕਾ ਠੀਕ ਹੈ ਜੀ ਅਤੇ ਰਿੰਕੂ ਜੈਲ ਹੋ ਗਿਆ ਅਤੇ ਧਰਮਿੰਦਰ ਹੋ ਗਿਆ ਅਤੇ ਜੀਵਨ ਬੁੱਕਣ ਵਾਲੇ ਤੋਂ ਅਤੇ ਇੱਕ ਅਣਪਛਾਤੇ 2-3 ਬੰਦੇ ਸੀ ਹੋਰ ਹਨੀ ਅਤੇ ਬੱਬਲ ਇਹ ਸਾਰੇ ਬੰਦੇ ਜ਼ਿੰਮੇਵਾਰ ਆ ਜੀ ਮੇਰੇ 'ਤੇ ਹਮਲਾ ਹੁੰਦੇ ਨੂੰ ਕੱਲ੍ਹ ਨੂੰ ਮੇਰੀ ਗੱਡੀ 'ਚ ਕੈਸ਼ ਵੀ ਹੁੰਦਾ ਵਾ ਮੇਰੀ ਕੱਲ੍ਹ ਨੂੰ ਕੋਈ ਗੱਡੀ 'ਚੋਂ ਕੈਸ਼ ਲੁੱਟ ਹੋ ਗਿਆ ਮੇਰੇ 'ਤੇ ਹਮਲਾ ਹੋ ਗਿਆ ਮੇਰੇ ਜਾਨ 'ਤੇ ਹਮਲਾ ਹੋ ਗਿਆ ਤਾਂ ਇਹ ਸਾਰੇ ਬੰਦੇ ਜ਼ਿੰਮੇਵਾਰ ਆ ਜੀ ਔਰ ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹ ਅਪੀਲ ਕਰਦਾ ਵਾਂ ਕਿ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਕਿ ਲੋਕਾਂ ਨੂੰ ਕਾਨੂੰਨ 'ਤੇ ਵਿਸ਼ਵਾਸ ਰਹੇ ਕਿ ਸਿਵਲ ਹਸਪੀਟਲ ਦੇ ਵਿੱਚ ਆ ਕੇ ਇੱਦਾਂ ਕਿੰਨਾ ਵੱਡਾ ਇਹਨਾਂ ਨੇ ਦਿਲ ਕੱਢਿਆ ਵਾ ਜਿਹੜਾ ਮੈਨੂੰ ਮਤਲਬ ਡਾਕਟਰ ਦੀ ਮੌਜੂਦਗੀ ਵਿੱਚ ਵੱਡਿਆ ਇਹਨਾਂ ਨੇ ਮੈਨੂੰ ਔਰ ਧਰਮਿੰਦਰ ਨੇ ਔਰ ਸੁਖਦੀਪ ਨੇ ਮੈਨੂੰ ਵੱਡਿਆ ਜੀ ਸਰ ਕੋਈ ਮੈਡੀਕਲ ਲੀਗਲ ਆਇਆ ਸੀ ਉਸਦੇ ਰਿਗਾਰਡਿੰਗ ਇਹ ਇੰਸੀਡੈਂਟ ਹੋਇਆ ਵਾ
ਅਤੇ ਕੱਲ੍ਹ ਵੈਸੇ ਮੈਂ ਸਟੇਸ਼ਨ ਲੀਵ 'ਤੇ ਸੀਗਾ, ਜਦੋਂ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਇਹੀ ਸੀ ਵੀ ਕੱਲ੍ਹ ਕੋਈ ਪੇਸ਼ੈਂਟ ਮੈਡੀਕਲ ਲੀਗਲ ਆਇਆ ਸਿੰਘਾਂ ਵਾਲੇ ਤੋਂ, ਉਸ ਤੋਂ ਬਾਅਦ ਇਹ ਇੰਸੀਡੈਂਟ ਹੋਇਆ ਜੀ। ਕੀ ਹੋਇਆ ਕਿ ਸਰ ਸਾਰਾ ਇੰਸੀਡੈਂਟ ਕੀ ਸੀ? ਕੋਈ ਪੇਸ਼ੈਂਟ ਐਡਮਿਟ ਹੋਇਆ ਸੀ ਜੀ ਮੈਡੀਕਲ ਲੀਗਲ, ਉਸ ਤੋਂ ਬਾਅਦ ਉਹਦੇ ਪਿੱਛੇ ਆਪੋਜੀਸ਼ਨ ਪਾਰਟੀ ਵਾਲੇ ਆ ਕੇ ਉਹਨੂੰ ਡਰਾਉਣ ਧਮਕਾਉਣ ਲੱਗ ਗਏ ਸੀ। ਡਰਾਇਆ ਧਮਕਾਇਆ ਹੀ ਹੈ ਜੀ, ਬਾਕੀ ਜਦੋਂ ਮੇਰੀ ਨੌਲੇਜ ਆਇਆ ਇੰਸੀਡੈਂਟ ਉਦੋਂ ਹੀ ਮੈਂ ਸਿਟੀ ਸਾਊਥ ਦੇ SHO ਸਾਹਿਬ ਨੂੰ ਫੋਨ ਕਰਤਾ, ਜਦ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ, ਡਾਕਟਰ ਔਨ ਡਿਊਟੀ ਡਾਕਟਰ ਚਿਨਾਰ ਸੀਗੇ, ਅਤੇ ਨਾਲ ਦੀ ਨਾਲ ਮੈਂ ਉਹਨਾਂ ਨੂੰ ਫੋਨ ਕਰਤਾ ਅਤੇ ਉਹਨਾਂ ਨੂੰ ਪੁਲਿਸ ਫੋਰਸ ਭੇਜ ਦਿੱਤੀ, ਪਹਿਲਾਂ ਵੀ ਆਲਰੇਡੀ ਪੁਲਿਸ ਵਾਲਾ ਨਾਲ ਸੀਗੇ ਜੀ। ਸਰ CCTV ਫੁਟੇਜ ਵੀ ਦਿਖ ਰਹੀ ਹੈ, ਅਸੀਂ ਪੇਸ਼ੈਂਟ ਨੂੰ ਵੀ ਮਿਲਿਆ ਸਰ, ਉਹਦੇ ਕਿਰਪਾਨ ਦੇ ਵੀ ਕਿਰਪਾਨ ਨਾਲ ਵੀ ਵਾਰ ਹੋਇਆ ਸਰ, ਦੇਖਦੇ ਹਾਂ ਜੀ ਜਦੋਂ ਵੀ ਮਾਮਲਾ ਮੈਂ ਅੱਜ ਪੁੱਛ ਕੇ ਸਾਰਾ ਦੇਖਦਾ ਜੀ ਤੁਹਾਨੂੰ ਦੱਸਦਾ। ਸਰ ਜਿਵੇਂ ਪੁਲਿਸ ਚੌਕੀ ਵਿੱਚ ਸਰ ਸਾਬਤ ਕੀਤੀ ਗਈ ਸੀ, ਹਾਂਜੀ ਸਰ, ਅਤੇ ਸਰ ਉਹਨਾਂ ਵੱਲੋਂ ਸਰ ਕਿਸ ਤਰ੍ਹਾਂ ਦੀ ਸਰ ਕੋਈ ਕਾਰਵਾਈ, ਕਿਉਂਕਿ ਉਸ ਤੋਂ ਬਾਅਦ ਸਰ ਗੱਡੀ ਨੂੰ ਵੀ ਭੰਨਿਆ ਗਿਆ? ਆਲਰੇਡੀ ਅਸੀਂ ਪੁਲਿਸ ਚੌਂਕੀ ਲਈ ਦੇ ਚੁੱਕੇ ਹਾਂ ਜੀ ਆਪਦੇ ਵੱਲੋਂ ਰਿਟਰਨ, ਇੱਕ ਰੂਮ ਉਹਨਾਂ ਨੂੰ ਹੈਂਡਓਵਰ ਪੁਲਿਸ ਵਾਲੇ ਪੁਲਿਸ ਮੁਲਾਜ਼ਮਾਂ ਲਈ ਕਰ ਚੁੱਕੇ ਹੈ, ਪਰ ਉਹ ਕਹਿ ਰਹੇ ਹਜੇ ਇੱਕ ਦੋ ਰੂਮ ਹੋਰ ਚਾਹੀਦੇ ਆ, ਉਹ ਅਸੀਂ ਬਣਵਾ ਕੇ ਉਹਨਾਂ ਨੂੰ ਦੇ ਰਹੇ ਹਾਂ, ਅਤੇ ਵਿਦਇਨ 15 ਡੇਜ਼ ਤੋਂ 1 ਮੰਥ ਪੁਲਿਸ ਚੌਂਕੀ ਹੋ ਜਾਏਗੀ ਜੀ।